ਤੇ ਸੱਪ ਵੀ ਜਿਹੜੇ ਹੈਗੇ ਨੇ ਜ਼ਹਿਰੀਲੀ ਨਸਲ ਦੇ ਹੈਗੇ, ਦੂਸਰੇ ਸੱਪ ਵੀ ਨਹੀਂ ਨੇ, ਤੇ ਤਾਂ ਕਰਕੇ ਜਿਹੜਾ ਹੈਗਾ ਨਾ ਪਰੇਸ਼ਾਨ ਰਹਿੰਦੇ ਆ। ਬਾਕੀ ਦੂਸਰੀ ਗੱਲ ਇਹ ਕਰਨੀ ਸੀ ਕਿ ਕੱਲ੍ਹ ਜਿਹੜਾ ਹੈਗਾ ਨਾ ਮੈਨੂੰ ਕਮੈਂਟ ਆਇਆ ਸੀ ਕਿ ਤੁਹਾਡੇ ਕੈਮਰਾ ਜਿਹੜਾ ਹੈ ਨਾ ਅੱਛਾ ਨਹੀਂ ਹੈ, ਮੋਬਾਈਲ ਅੱਛਾ ਨਹੀਂ ਹੈ, ਅਤੇ ਤੁਹਾਡੀ ਗੱਲ ਜਿਹੜੀ ਕਿ ਨਾ 100% ਸਹੀ ਹੈਗੀ, ਕਿਉਂਕਿ ਮੇਰੇ ਕੋਲ ਨਾ ਮੋਬਾਈਲ ਅੱਛਾ ਹੈ ਨਾ ਹੀ ਮੇਰੇ ਕੋਲ ਜਿਹੜਾ ਹੈਗਾ ਨਾ ਕੈਮਰਾ ਅੱਛਾ ਹੈ। ਅਤੇ ਹੁਣ ਜਿਹੜਾ ਹੈਗਾ ਨਾ ਇਹਦੇ ਟੋੜੇ ਅਸੀਂ ਨਹੀਂ ਲਿੰਬ ਰਹੇ ਹਾਂ, ਕਿਉਂਕਿ ਮਤਲਬ ਕਿ ਖਤਰੇ ਵਾਲੀ ਗੱਲ ਹੈ ਅਲੀ ਤਿੱਕਰ, ਅਤੇ ਤਾਂ ਕਰਕੇ ਜਿਹੜਾ ਹੈਗਾ ਨਾ ਨਹੀਂ ਲਿੰਬ ਰਹੇ, ਕਿਉਂਕਿ ਅਗਲੇ ਦਿਨ ਆਪਣਾ ਤਕਰੀਬਨ ਮੈਂ ਪਹਿਲੇ ਦੱਸਿਆ ਵੀ ਹਫ਼ਤਾ ਡੇਢ ਹੋਇਆ ਹੋਣਾ ਮਸਾਂ ਜਿਹੜਾ ਨਲਕੇ 'ਚ ਸੱਪ ਨਿਕਲਿਆ, ਫਿਰ ਜਿਹੜਾ ਬੇਗਮ ਸਾਹਿਬ ਤੰਦੂਰ ਲਿੰਬਣ ਲੱਗੀ, ਇੱਥੋਂ ਜਿਹੜਾ ਹੈਗਾ ਨਾ ਅੱਗੋਂ ਸੱਪ ਦਾ ਜਿਹੜਾ ਬੱਚਾ, ਮਤਲਬ ਕਿ ਸੱਪ ਦੇ ਬੱਚੇ ਆ ਰਹੇ ਨੇ, ਔਰ ਆ ਵੀ ਉਹ ਸੱਪ ਦੇ ਬੱਚੇ ਉਹ ਰਹਿਣ ਜ਼ਹਿਰੀਲੀ ਨਸਲ ਦੇ, ਮਤਲਬ ਕਿ ਜਿਹਨੂੰ ਕਾਲਾ ਸੱਪਾਂ ਨੇ ਆਪਾਂ ਉਹ ਵਾਲੇ ਜਿਹੜੇ ਹੈਗੇ ਨਾ, ਮਤਲਬ ਜਿਹੜੇ ਜ਼ਿਆਦਾ ਜ਼ਹਿਰੀਲੇ ਹੁੰਦੇ ਉਹਨਾਂ ਦੇ ਬੱਚੇ ਹੁੰਦੇ ਨੇ, ਅਤੇ ਕਾਫੀ ਵੱਡੇ ਵੱਡੇ ਹੁੰਦੇ ਨੇ, ਐਡੇ ਛੋਟੇ ਬੱਚੇ ਵੀ ਨਹੀਂ ਹੁੰਦੇ, ਤਾਂ ਕਰਕੇ ਜਿਹੜਾ ਡਰ ਜਿਹਾ ਬਣਿਆ ਰਹਿੰਦਾ, ਮਤਲਬ ਕਿ ਗਰਮੀਆਂ ਦਾ ਮੌਸਮ ਹੈ, ਪਾਣੀ ਵਗੈਰਾ ਦੀ ਇੱਥੇ ਹੀ ਆਪਣਾ ਇੰਤਜ਼ਾਮ ਜਾਂ ਨਿਕਾਸੀ ਹੈਗੀ ਵੀ ਠੰਡ ਠੁੰਡ ਤੋਂ ਆਉਂਦੇ ਹੋਵੇ, ਕਿਉਂਕਿ ਬਾਕੀ ਜਿਹੜਾ ਹੈਗਾ ਨਾ ਕਚਰਾ ਵਗੈਰਾ ਹੀ ਸਾਰਾ ਵੀ ਸ਼ਾਇਦ ਇੱਥੇ ਨਾ ਹੋਵੇ ਸੱਪ, ਤਾਂ ਕਰਕੇ ਜਿਹੜਾ ਨਾ ਡਰ ਜਿਹਾ ਬਣਿਆ ਕੁੱਤਾ, ਅਤੇ ਤੰਦੂਰ ਜਿਹੜੇ ਹੈਗੇ ਨੇ ਇੱਥੇ ਬੰਦ ਕਰ ਛੱਡੇ, ਮੈਂ ਕਿ ਇੱਥੇ ਜਿਹੜਾ ਹੈਗਾ ਨਾ ਹੁਣ ਤੰਦੂਰ ਨਹੀਂ ਲਿੰਬਾਂਗੇ, ਅਗਲੀ ਸਾਈਡ ਵਾਲੇ ਜਿਹੜੇ ਹੈਗੇ ਨਾ ਤੰਦੂਰ ਲਿੰਬ ਲੈਂਦੇ ਹਾਂ। ਅੱਜ ਜਿਹੜਾ ਹੈਗਾ ਨਾ 10 ਕੁ ਦਿਨਾਂ ਬਾਅਦ ਜਿਹੜਾ ਹੈਗਾ ਨਾ ਫਿਰ ਉਹੀ ਚੱਲ ਹੋਇਆ ਖੁੱਤਾਂ, ਕਿਉਂਕਿ ਇਸੇ ਵਜ੍ਹਾ ਤੋਂ ਜਿਹੜਾ ਹੈਗਾ ਨਾ ਫੈਮਿਲੀ ਸਮਝ ਲਓ ਪੂਰੀ ਪਿਛਲੀ ਫੱਕੀ ਪਰੇਸ਼ਾਨ ਸੀ ਬਈ ਨਲਕੇ ਦੇ ਵਿੱਚੋਂ ਜਿਹੜਾ ਹੈਗਾ ਨਾ ਸੱਪ ਨਿਕਲਿਆ ਸੀ, ਨਿਕਲਦੇ ਐਵੇਂ ਹੀ ਬੱਚੇ ਪਏ ਨੇ, ਅਤੇ ਡਰ ਇਸ ਗੱਲ ਦਾ ਰਹਿੰਦਾ ਕਿ ਵੱਡਾ ਸੱਪ ਨਾ ਕਿਸੇ ਟਾਈਮ ਨਿਕਲ ਆਵੇ ਰਾਤ ਨੂੰ ਜਾਂ ਦਿਨ ਨੂੰ, ਕਿਉਂਕਿ ਬੱਚੇ ਜਿਹੜੇ ਹੈਗੇ ਨਾ ਸਾਡੇ ਉਵੇਂ ਹੀ ਘਰਾਂ ਦੇ ਵਿੱਚ, ਅਤੇ ਹੁਣ ਵੀ ਜਿਹੜਾ ਹੈਗਾ ਨਾ ਬੇਗਮ ਸਾਹਿਬ ਤੰਦੂਰ ਲਿੰਬਣ ਲੱਗੀ ਸੀ ਅਤੇ ਸੱਪ ਦਾ ਬੱਚਾ ਜਿਹੜਾ ਹੈਗਾ ਨਾ ਤੰਦੂਰ ਦੇ ਵਿੱਚੋਂ ਆਇਆ ਪਿਆ, ਸਮਝ ਨਹੀਂ ਲੱਗਦੀ ਵੀ ਆਉਂਦੇ ਕਿੱਧਰੋਂ, ਇੱਥੋਂ ਕੋਈ ਸੁਰਾਖ ਕੋਈ ਨਹੀਂ, ਮਤਲਬ ਕਿ ਉੱਤੋਂ ਜਾਂ ਉਹਦਾ ਨਲਕੇ ਦੇ ਵਿੱਚੋਂ ਦੀ ਨਿਕਲ ਆ ਗਿਆ, ਅਤੇ ਮਿੱਟੀ ਜਿਹੜੀ ਹੈਗੀ ਮੈਂ ਕੁੱਟਦਾ ਉਹਦੇ ਵਿੱਚੋਂ ਵੀ ਨਹੀਂ ਨਿਕਲਦੇ, ਮਤਲਬ ਕਿ ਵੱਡੇ ਸੱਪ ਇਸੇ ਤਰ੍ਹਾਂ ਦੇ ਜਿਹੜੇ ਹੈਗੇ ਨਾ ਬੱਚੇ ਨਿਕਲਦੇ ਨੇ, ਅਤੇ ਨਿਕਲਦੇ ਵੀ ਜਿਹੜੇ ਹੈਗੇ ਨਾ ਕਾਲੇ ਸੱਪ ਦੇ ਹੀ ਹੈਗੇ ਬੱਚੇ, ਅਤੇ ਤਾਂ ਕਰਕੇ ਜਿਹੜਾ ਹੈਗਾ ਨਾ ਡਰ ਲੱਗਦਾ, ਕਿਉਂਕਿ ਬੱਚੇ ਜਿਹੜੇ ਨੇ ਸਾਡੇ ਮਤਲਬ ਕਿ 7-8 ਜਿਹੜੇ ਬੱਚੇ ਨੇ ਉਹ ਇੱਥੇ ਇਹਨਾਂ ਜਗ੍ਹਾ 'ਤੇ ਟੋਇਆਂ ਦੇ ਵਿੱਚ ਹੀ ਖੇਡਦੇ ਨੇ, ਅਤੇ ਸੱਪ ਵੀ ਜਿਹੜੇ ਹੈਗੇ ਨੇ ਜ਼ਹਿਰੀਲੀ ਨਸਲ ਦੇ ਹੈਗੇ, ਦੂਸਰੇ ਸੱਪ ਵੀ ਨਹੀਂ ਨੇ, ਅਤੇ ਤਾਂ ਕਰਕੇ ਜਿਹੜਾ ਹੈਗਾ ਨਾ ਪਰੇਸ਼ਾਨ ਰਹਿੰਦੇ ਹਾਂ। ਅਤੇ ਹੁਣ ਜਿਹੜਾ ਹੈਗਾ ਨਾ ਬੇਗਮ ਸਾਹਿਬਾ ਇਸ ਸਾਈਡ ਵਾਲੇ ਤੰਦੂਰ ਜਿਹੜਾ ਹੈਗਾ ਨਾ ਲਿੰਬ ਰਹੀ ਹੈ, ਅਤੇ ਬਾਕੀ ਜਿਹੜਾ ਹੈਗਾ ਨਾ ਉਧਰਲੀ ਸਾਈਡ ਫਿਲਹਾਲ ਤਾਂ ਹਾਲੇ ਤੱਕ ਬੰਦ ਕਰ ਛੱਡੀ, ਕਿਉਂਕਿ ਜਿਹੜਾ ਹੈਗਾ ਨਾ ਪਰੇਸ਼ਾਨੀ ਜਿਹੀ ਹਾਲੇ ਤੱਕ ਐਵੇਂ ਹੀ ਨੇ ਬੇਗਮ ਸਾਹਿਬ ਬਈ, ਸ਼ਾਇਦ ਹੋ ਸਕਦਾ ਹੋਰ ਨਾ ਉੱਥੋਂ ਕੋਈ ਬੱਚਾ ਵਗੈਰਾ ਹੀ, ਕਿਉਂਕਿ ਇਹਨਾਂ ਦੇ ਬੱਚੇ ਵੀ ਜਿਹੜੇ ਲੜ ਜਾਣ ਨਾ ਉਹ ਵੀ ਕਾਫੀ ਹੱਦ ਤੱਕ ਖਤਰਨਾਕ ਹੁੰਦੇ ਨੇ, ਅਤੇ ਪਹਿਲੇ ਵਾਲੇ ਬੱਚੇ ਨੂੰ ਅਸੀਂ ਮਾਰਿਆ ਨਹੀਂ ਹੈ, ਉਹਨੂੰ ਫੜ ਕੇ ਦੂਰ ਜਾ ਕੇ ਕਿਤੇ ਫਸਲਾਂ ਦੇ ਵਿੱਚ, ਮਤਲਬ ਕਿ ਆਪਣੇ ਘਰ ਤੋਂ ਕਾਫੀ ਸਾਰਾ ਦੂਰ ਜਿਹੜਾ ਹੈਗਾ ਨਾ ਉਹਨੂੰ ਫਸਲਾਂ ਦੇ ਵਿੱਚ ਛੱਡ ਕੇ ਆ ਗਿਆ, ਤਾਂ ਕਿ ਨਾ ਕਿਉਂਕਿ ਮਾਰਨਾ ਹੀ ਅੱਛਾ ਨਹੀਂ ਲੱਗਦਾ ਫਿਰ, ਤਾਂ ਕਰਕੇ ਜਿਹੜਾ ਮਾਰਿਆ ਨਹੀਂ ਛੱਡਿਆ ਹਾਂ, ਅਤੇ ਲੇਕਿਨ ਜਿਹੜਾ ਹੈਗਾ ਨਾ ਹੁਣ ਤਲਾਸ਼ੀ ਜਿਹੜੀ ਨੇ ਘਰ ਦੀ ਮਤਲਬ ਕਿ ਸਾਰੀ ਦਿੰਦੇ ਹਾਂ, ਕਿਉਂਕਿ ਮੇਰੀ ਵੀ ਕੁਛ ਤਬੀਅਤ ਠੀਕ ਨਹੀਂ ਹੈ, ਤੰਦੂਰਾਂ ਦਾ ਕੰਮ ਜਿਹੜਾ ਨਾ ਸਾਂਝੇ ਸਾਂਝੇ ਕੀਤਾ ਸੀ, ਅਤੇ ਫਿਰ ਜਿਹੜਾ ਹੈਗਾ ਨਾ ਮੈਂ ਸੌਂ ਗਿਆ ਸੀ, ਤਕਰੀਬਨ ਜਿਹੜਾ ਵਿਲਾਗ ਹੀ ਮੈਂ ਸ਼ੁਰੂ ਕਰ ਰਿਹਾ ਸੀ, 3-4 ਦਾ ਟਾਈਮ ਹੋਇਆ ਕੁੱਤਾ ਆਪਣਾ, 3-4 ਦੇ ਦਰਮਿਆਨ ਦਾ ਟਾਈਮ ਹੈ, ਅਤੇ ਹੁਣ ਜਿਹੜਾ ਸ਼ੁਰੂ ਉੱਤੇ ਤਲਾਸ਼ੀ ਜਿਹੜੀ ਕਹਿ ਰਿਹਾ ਸੀ, ਮਤਲਬ ਕਿ ਸਾਰਾ ਸਮਾਨ ਜਿਹੜਾ ਨਾ ਚੱਕ ਕੇ ਤਸੱਲੀ ਵਾਂਗ ਜਿਹੜਾ ਹੈਗਾ ਨਾ ਚੈੱਕ ਕਰਾਂਗੇ, ਮੇਰੇ ਫਸਟ ਟਾਈਮ ਕਰਾਂਗੇ, ਹੁਣ ਤਾਂ ਜਿਹੜਾ ਹੈਗਾ ਨਾ ਨਹੀਂ ਹੋਣਾ, ਕਿਉਂਕਿ ਟਾਈਮ ਹੀ ਹੋਇਆ ਕੁੱਤਾ ਤਾਰੀ ਦਾ ਹੀ, ਕਿਉਂਕਿ 2-2.5 ਘੰਟੇ ਪਏ ਨੇ, ਤਾਂ ਕਰਕੇ ਜਿਹੜਾ ਹੈਗਾ ਨਾ ਹੁਣ ਨਹੀਂ ਹੁੰਦਾ, ਕਿਉਂਕਿ ਗੁੰਜਾਇਸ਼ ਹੀ ਨਹੀਂ ਆਉਣ ਕਰਾਂਗੀ, ਤਾਂ ਕਰਕੇ ਜਿਹੜੇ ਸਾਰੇ ਟੋਟਲ ਉਹ ਕੰਢੇ ਜਿਹੜੇ ਹੈਗੇ ਨਾ ਤੰਦੂਰ ਬਾਲਾਂ ਵਾਲੇ ਉਹ ਜਿਹੜੇ ਉਹ ਵੀ ਚੱਕ ਲਵਾਂਗੇ ਆਪਣਾ, ਅਤੇ ਉੱਧਰ ਟੋਕ ਰੱਖ ਲਵਾਂਗੇ ਤੰਦੂਰ ਦੇ ਕੋਲ, ਅਤੇ ਬਾਕੀ ਆਹ ਜਿਹੜਾ ਸਮਾਨ ਸਾਰਾ, ਮਤਲਬ ਕਿ ਸਾਰੇ ਜਗ੍ਹਾ 'ਤੇ ਜਿਹੜੀ ਨਾ ਛਾਣਬੀਨ ਕਰਾਂਗੇ, ਮਤਲਬ ਕਿ ਇੱਥੇ ਨਾ ਸੱਪ ਹੋਵੇ ਜਾਂ, ਕਿਉਂਕਿ ਮਿੱਟੀ ਹੈਗੀ ਸਾਡੇ ਕੋਲ ਮਿੱਟੀ 'ਚ ਨਾ ਆਉਣ ਜਾਂ ਜ਼ਿਆਦਾ ਡਾਊਟ ਤਰ੍ਹਾਂ ਦਾ ਇਸ, ਕਿਉਂਕਿ ਕਚਰੇ ਵਗੈਰਾ ਦੇ ਵਿੱਚ ਜਿਹੜਾ ਹੈਗਾ ਜ਼ਿਆਦਾਤਰ ਜਿਹੜਾ ਖਤਰਾ ਹੁੰਦਾ, ਕਿਉਂਕਿ ਬੈਕ ਸਾਈਡ 'ਤੇ ਜਿਹੜਾ ਸਾਡਾ ਸਾਰਾ ਵਿਲੇਜ ਹੀ ਹੈ ਆਪਣਾ ਫਸਲਾਂ ਵਗੈਰਾ ਨੇ, ਅਤੇ ਉੱਧਰੋਂ ਵੀ ਜਿਹੜਾ ਹੈਗਾ ਨਾ ਕਨਫਰਮ ਕੋਈ ਨਹੀਂ, ਕਿਉਂਕਿ ਨਿਕਾਸੀ ਦੇ ਪੈਂਪ ਵਗੈਰਾ ਲੱਗੇ ਹੋਣ, ਜਿਹਨਾਂ ਪੈਂਪਾਂ ਦੇ ਰਸਤੇ ਵੱਲੋਂ ਆ ਜਾਂਦੇ ਹੋਣਗੇ ਜੀ ਉਹ ਵੀ ਹੋਵੇ, ਅਤੇ ਇਨਸ਼ਾਅੱਲਾ ਇਹ ਤਾਂ ਸੱਪ ਦੀ ਗੱਲ ਹੁਣ ਜਿਹੜੀ ਨੇ ਇੱਥੇ ਹੀ ਖਤਮ ਕਰਨੇ ਆ, ਅਤੇ ਬਾਕੀ 1-2 ਗੱਲਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀਆਂ ਨੇ। ਬਾਕੀ ਇੱਕ ਗੱਲ ਹੋਰ, ਕਿਉਂਕਿ ਕਾਫੀ ਸਾਰੇ ਭੈਣਾਂ ਭਾਈਆਂ ਦੇ ਜਿਹੜੇ ਹੈਗੇ ਨਾ ਕਮੈਂਟ ਆਉਂਦੇ ਹਨ ਕਿ ਜਾਜ ਬਾਈ ਬਾਬੀ ਦੀ ਸ਼ਕਲ ਦਿਖਾ ਦਿਓ, ਬੇਗਮ ਨੂੰ ਕੈਮਰੇ ਸਾਹਮਣੇ ਕਦੋਂ ਲੈ ਕੇ ਆਉਣਾ, ਤੁਹਾਡੀ ਗੱਲ ਠੀਕ ਹੈ, ਅਤੇ ਲੇਕਿਨ ਜਿਹੜਾ ਹੈਗਾ ਨਾ ਮੇਰਾ ਵੀ ਦਿਲ ਕਰਦਾ ਹੈ ਕਿ ਬੇਗਮ ਸਾਹਿਬਾ ਦੇ ਮਰਾਲ ਕੇ ਜਿਹੜਾ ਹੈਗਾ ਨਾ ਕੰਮ ਕਰੀਏ ਕੈਮਰੇ ਦੇ ਸਾਹਮਣੇ, ਅਤੇ ਅੱਛੇ ਅੱਛੇ ਜਿਹੜੇ ਹੈਗੇ ਨਾ ਵਿਲਾਗ ਬਣਾਈਏ, ਅਤੇ ਲੇਕਿਨ ਜਿਹੜਾ ਹੈਗਾ ਨਾ ਹਾਲੇ ਤੱਕ ਜਿਹੜਾ ਮੈਂ ਨਹੀਂ ਲਿਆ ਸਕਦਾ, ਕਿਉਂਕਿ ਮੇਰੀ ਮਜਬੂਰੀ ਸਮਝ ਲਓ, ਕਿਉਂਕਿ ਹਾਲੇ ਤੱਕ ਜਿਹੜੀ ਕਿ ਨਾ ਬੇਗਮ ਸਾਹਿਬਾ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਕੈਮਰੇ ਸਾਹਮਣੇ ਆਉਣ ਦੀ, ਤਾਂ ਕਰਕੇ ਜਿਹੜਾ ਹੈਗਾ ਨਾ ਮੈਂ ਮਜਬੂਰ ਹੈਗਾ ਨਹੀਂ ਲਿਆ ਸਕਦਾ, ਹੋਰ ਜਿਹੜਾ ਹੈਗਾ ਨਾ ਕੋਸ਼ਿਸ਼ ਕਰ ਰਿਹਾ ਜਲਦ ਤੋਂ ਜਲਦ ਜਿਹੜਾ ਹੈਗਾ ਨਾ ਇਨਸ਼ਾਅੱਲਾ ਕੈਮਰੇ ਸਾਹਮਣੇ ਇਕੱਠੇ ਵਿਲਾਗ ਬਣਾਇਆ ਕਰਾਂਗੇ ਇਨਸ਼ਾਅੱਲਾ, ਅਤੇ ਬਾਕੀ 1-2 ਗੱਲਾਂ ਜਿਹੜੀਆਂ ਹੈਗੀਆਂ ਤੁਹਾਡੇ ਭੈਣ ਭਾਈਆਂ ਨਾਲ ਹੋਰ ਵੀ ਸ਼ੇਅਰ ਕਰਨੀਆਂ, ਅਤੇ ਮਾਸ਼ਾਅੱਲਾ ਕਣਕ ਜਿਹੜੀ ਨਾ
क्योंकि या चौं महीनों के पंजा महीनों के छः महीनों के इतने कारे तो मतलब हम तंदूरी लैके आए क्यों कणक जिस टाइम गड़ीजिया से उस टाइम तंदूरियां मेरे को लैके गए से तो मतलब कि चौं महीनों के कारे तो तंदूरियां गई चौं महीनों बाद दाने या पैसे उन्होंने मिलते हैं तो हूँ जड़ियाँ तंदूरियां लै जाएंगे कुछ दाने नगद ही जाएंगे कुछ दाने जोड़े है ना अगले लैके आवेंगे तो बाकी जोड़ा है ना फिर जगह तंदूरियां सर्दियों के जी जमीन कुछ मकइया के कार्य चलिया जाए मतलब कि तंदूरी के पैसे जोड़े है ना नगद नहीं दिंदे इतने जी दरवाजे उत्ते वेख जा नगद वो सू नगद पैसे मिल जाते बाकी पिंड थावान पर जा कि भी तो फिर जोड़ा है या मकइया के कारे हो जाते हैं रूहों के कारे हो जाते हैं या गंदम का जोड़ा कहना कारा हो जाता मतलब कि जिस फसल लोग कट्टे फिर उन्होंने फसलों के सू जाना अनाज देगा ता करके जोड़ा है ना थोड़ी जी जी परेशानी इस करके बनती क्योंकि एक एक तंदूरी के पिछले तीन चार चार फेरे मारने पे तो मतलब कि दाने लवन जाओ अगू घर बैठे के भी कोई आते या कहे हाली तक असा फसल नहीं चाया या कहे पुत्र की तनखा आवन वाली और अपना सौ गल् बात आदि ने ता कर जे एक तंदूरी के पिछले तीन चार चार जोड़े है ना इस गर्मी के जोड़े है ना फेरे मारने पे तो बाकी अल्लाह खैर कर से सवेरे जाते रहे इंशाल्लाह जोड़ा कहना बाला की रोज़ जो सुन अल्लाह पाक देगा तो एक गल जी कि मैं होर शेयर करनी हैगी बाकी दूसरी गल ये करनी सी कि कल जोड़ा है ना मैंने कमेंट आया कि कैमरा जोड़ा है ना अच्छा नहीं है मोबाइल अच्छा नहीं है तो थोड़ी गल जी कि ना 100% सही हैगी क्योंकि मेरे को ना मोबाइल अच्छा है ना ही मेरे को जोड़ा है ना कैमरा अच्छा है तो इस करके क्योंकि मैं जोड़ा है ना गुजारा ही कर रहा हाँ हाले तक जोड़े कि मेरे को इन्ने पैसे नहीं भी अच्छा मोबाइल या कैमरा मैं लै सकता क्योंकि जोड़ा है ना आम सादा चलता जो मोबाइल हैगा जिंद जोड़ा है मैं समझ लो कि गुजारा ही कर रहा क्योंकि पैसे इंशाल्लाह जिस टाइम आ जाएंगे ना फिर जोड़ा है ना अपना मोबाइल जोड़ा है मैं अच्छा कोई ले लवाना क्योंकि हाली तक यह भी जोड़ा है ना मैं अपने पैसों का नहीं लिया भाई अहमद ने जो लैके दिता से क्योंकि जोड़ा है मेरे को इन्नी गुंजाइश नहीं हैगी सी कि जोड़ा है मैं अपने मोबाइल कोई अच्छा जहा लै लवान क्योंकि हाली तक जोड़ा है ना इस मोबाइल के नाल मतलब कि जोड़ा है ना मैं गुजारा ही कर रहा तो इंशाल्लाह जोड़ा है ना अन करीब जोड़ा है ना मोबाइल जोड़ा मैं लै लवाना क्योंकि पैसे जोड़े तंदूर के जोड़े है ना दाने वगैरह जोड़े है ना वो मैं कट्ठे सुबह नो जा रहा तंदूर के दाने वगैरह इकट्ठा करें क्योंकि 10-1 मन घर खावन के रख लवेंगे क्योंकि 16-17 मन बन गए 7-8 मन वो दाने बेच लवेंगे 14-15 हज़ार के तो कुछ जोड़े ने इतने तंदूर नगद बेच के जोड़े है ना कुछ मोबाइल जोड़े है ना लै लवेंगे क्योंकि वो तो पैसे रहन नहीं मेरे को क्योंकि तंदूर का ही काम है हूँ जोड़ा है ना कर रहा तो इंशाल्लाह जोड़ा है ना मोबाइल मैं लै लवाना कि मैं क्या जोड़े है ना गार्डन का सैल करा दी क्योंकि फुल भी जोड़े है ना माशाल्लाह जोड़े नवी कलम लाइया से पीला फुल जोड़ा है ना गुलाब का माशाल्लाह हरा-भरा होया जांदा है क्योंकि सारे जोड़े है ना फुल हूँ ग्रो कर रहे मतलब कि गर्मी जी ज़्यादा दे ही जोड़े है ना मेरा ख्याल है खिड़ते है बाकी सब्जी भी जी है ना इतों वाला बेंगन तो जोड़े है इसने बच्चे ने तोड़ता तो बाकी इतों वाले भी बेंगन जोड़े तोड़ते हैं तो जो थले वाले ना वो खड़े हैं तो एक मैं उतली साइड से इतों का जोड़ा बिंग बेंगन है ना वो खड़ा है तो मर्चा भी जी ने माशाला काफ़ी ज़्यादा लग रही ने तो भाई नवाज कह रहा है भी इतने ही इन्हों खड़िया रहने भी नाल जन लाल हो गई फिर लावे मोर पंख भी जोड़ा है माशाला हूँ वो भी ग्रो कर रहा तो बेंगन जी मतलब कि जो छोटे पौधे है वो फल लै रहे हैं तो व्डे जोड़े है ना पौधे वो फल नहीं लै रहे तो वेल भी जी क्योंकि गार्डन तुम काफ़ी बारी जोड़े है ना पहले भी दिखा चुके हैं लेकिन मैं क्या ना कि दोबारा जोड़े ना फिर सैल करवा दी क्योंकि पहले जोड़ा है ना फुल भी जोड़े क्या माशाला इन्ने ज़्यादा नहीं लगे हुए तो हूँ तो जोड़ा है ना माशाला फुल के गुच्छे लग रहे हैं क्योंकि वेल जी ना हूँ ग्रो कर रही है तो इधर जोड़ा है ना बाकी टमाटर वगैरह भी जोड़े है ना हूँ माशाला काफ़ी अच्छे तरीके ग्रो कर रहे हैं तो मर्चा वगैरह भी जड़िया हूँ इधरली साइड से भी जी काफ़ी लग रही तो और छोटा बूटे तो माशाला जी कि ना भिंडी जी है ना वो भी ताज़ा ताज़ा लग रही मतलब कि भिंडी तो बूटे ज़्यादा लगे हो मतलब जो घर के सालन वगैरह काम ये तीन बूटे ही आने मैं ना होर ही होने तो है से लेकिन जोड़े क्या हो नहीं उधरली साइड तो है एक दो तुम चल के जोड़ा क्या दिखा दिना एक आएगा मतलब कि सारे बूटियां जिस टाइम चंगी तरह फाड़ इन्होंने सारा लै रहे सालन तो एक टाइम तो जोड़ा है ना आसानी जोड़ा है ना बन गया करेगा बाकी निबू जोड़े है ना हूँ बूर लै रहे हैं क्योंकि पहले जोड़े है ना सी इतना बूर निबू नहीं रह रहे हैं लेकिन स्प्रे वगैरह जी की खाद वगैरह दी उन्होंने जोड़ा है ना बूर लै रहे हैं हूँ जोड़ा है ना इंशाल्लाह उम्मीद है भी निबू भी लग जाएंगे तो बाकी जोड़ा कि मैं उधर चली बच्चों की शोर कर लीए क्योंकि मैं इधर आया हुआ तकरीबन 10-15 मिनट जोड़े है हो गए इधर ही आया क्योंकि आमना तो नुमान जोड़े है ना इधर खेड रहे हैं तो निजाब फातमा जी है ना इधर खेड रही काके ने भी खिडा लो अनुमान निजाब फातमा ने इधर वेख काका कह रहे थे एक मक्खियां ने बहुत तंग किया काका
ਇਧਰੋਂ ਵੇਖ ਨੁਮਾਨ ਨਿਜਾਬ ਫਾਤਮਾ ਪਿਆਂ ਦੀ ਵੀ ਮੈਨੂੰ ਖਿਡਾ ਲਓ ਕਾਕਾ ਕੀ ਖਾਧੀ ਜਾਨੀ ਐਵੇਂ ਹੀ ਨਾ ਜੋ ਕੱਖ ਸ਼ੱਖ ਹੁੰਦੀ ਆ ਸ਼ਾਇਦ ਮੈਂ ਖਾ ਲਵਾਂ ਨਹੀਂ ਖਾਣਾ ਛੇ ਬਹਿ ਜਾ ਠੀਕ ਹੈ ਨਾ ਹਾਂਜੀ ਅਤੇ ਮਾਸ਼ਾਅੱਲਾ ਅਲਹਮਦੁਲਿਲਾ ਨਮਾਜ਼ ਦਾ ਜਿਹੜਾ ਹੈਗਾ ਨਾ ਟਾਈਮ ਹੋ ਗਿਆ ਅਤੇ ਸਾਰਿਆਂ ਤੋਂ ਪਹਿਲਾਂ ਚੱਲ ਕੇ ਜਿਹੜੀ ਕਿ ਨਾ ਨਮਾਜ਼ ਪੜ੍ਹ ਲੈਂਦੇ ਹਾਂ ਨਮਾਜ਼ ਪੜ੍ਹਨ ਤੋਂ ਬਾਅਦ ਜਿਹੜੀ ਕਿ ਨਾ ਫਿਰ ਤੁਹਾਡੇ ਨਾਲ ਆਣ ਕੇ ਗੱਪ ਸ਼ੱਪ ਲੈਂਦੇ ਹਾਂ ਹਾਂਜੀ ਅਤੇ ਵੈਲਕਮ ਬੈਕ ਅਤੇ ਅਲਹਮਦੁਲਿਲਾ ਨਮਾਜ਼ ਜਿਹੜੀ ਮੈਂ ਪੜ੍ਹ ਲਈ ਤੂੰ ਜਿਹੜਾ ਹੈਗਾ ਨਾ ਘਰ ਅਤੇ ਕਿਉਂਕਿ ਮਸਜਿਦ ਦੀ ਜਿਹੜੀ ਕਿ ਨਾ ਮਾਸ਼ਾਅੱਲਾ ਸਾਡੀਆਂ ਨਾਲ ਹੀ ਹੈਗੀ ਅਤੇ ਹੁਣ ਜਿਹੜਾ ਹੈਗਾ ਨਾ ਬੀਕਮ ਸਾਹਿਬ ਲੈਂਬਰੀ ਅਤੇ ਮੈਂ ਜਿਹੜਾ ਹੈਗਾ ਨਾ ਕਿਉਂਕਿ ਬੱਚੀਆਂ ਕੋਲ ਜਿਹੜਾ ਹੈਗਾ ਨਾ ਨਿਜਾਬ ਫਾਤਮਾ ਅਤੇ ਅਲੀਮਾ ਸਾਦੀਆਂ ਕੋਲ ਬਹਿਣਾ ਕਿਉਂਕਿ ਅਲੀਮਾ ਸਾਦੀ ਜਿਹੜੀ ਹੈਗੀ ਨਾ ਸੁੱਤੀ ਪਈ ਹੈ ਅਤੇ ਨਿਜਾਬ ਫਾਤਮਾ ਜਿਹੜੀ ਆਈ ਨਾ ਬਾਹਰ ਖੇਡ ਰਹੀ ਮੈਂ ਅਤੇ ਕੋਲ ਜਿਹੜਾ ਹੈਗਾ ਨਾ ਬਹਿ ਜਾਂਦਾ ਤਾਂ ਉੱਧਰ ਜਿਹੜਾ ਹੈਗਾ ਨਾ ਚੱਲ ਕੇ ਵੇਖ ਲੈਂਦੇ ਹਾਂ ਵੀ ਬੇਗਮ ਸਾਹਿਬਾਂ ਨੇ ਤੰਦੂਰ ਕਿਤਨੇ ਕੁ ਲਿੰਬ ਲੈਣ ਕਿਉਂਕਿ ਦੋ ਤੰਦੂਰ ਤਾਂ ਜਿਹੜੇ ਹੈਗੇ ਨਾ ਮਾਸ਼ਾਅੱਲਾ ਬੇਗਮ ਸਾਹਿਬ ਨੇ ਮੁਕੰਮਲ ਕਰ ਲਏ ਬਾਕੀ ਜਿਹੜਾ ਨਾ ਉੱਧਰੋਂ ਹੀ ਟੋਏ ਲਿੰਬ ਰਹੀ ਆ ਖਤਰੇ ਵਾਲੀ ਜਗ੍ਹਾ 'ਤੇ ਮਤਲਬ ਕਿ ਪਰਲੀ ਸਾਈਡ ਵਾਲਾ ਛੱਡ ਤਿੰਨ ਤੋਲੇ ਸਿਰੇ ਤੋਂ ਜਿਹੜਾ ਹੈਗਾ ਨਾ ਕਿਉਂਕਿ ਹੋਟਲਾਂ ਵਾਲੇ ਲਿੰਬਣੇ ਸੀ ਤਿੰਨ ਚਾਰ ਵੱਡੇ ਤੰਦੂਰ ਤੋਲੇ ਸਿਰੇ ਵਾਲਾ ਜਿਹੜਾ ਹੈਗਾ ਨਾ ਇੱਕ ਤੰਦੂਰ ਲਿੰਬ ਰਹੀ ਹੈ ਕਿਉਂਕਿ ਸਵੇਰੇ ਤੰਦੂਰ ਕੱਢ ਕੇ ਮੈਂ ਇਹਨਾਂ ਨੂੰ ਜਿਹੜਾ ਹੈਗਾ ਨਾ ਮਗਰੋਂ ਹੀ ਲਿੰਬ ਲਿਆ ਸੀ ਅਤੇ ਮੂੰਹ ਵਗੈਰਾ ਵੀ ਜਿਹੜੇ ਹੈਗੇ ਸੀ ਉਹ ਹੀ ਵੱਢ ਲਏ ਸੀ ਅਤੇ ਹੁਣ ਜਿਹੜਾ ਹੈਗਾ ਨਾ ਮਿੱਟੀ ਜਿਹੜੀ ਹੈਗੀ ਸੀ ਮੈਂ ਉਹ ਵੀ ਗੋਲ ਹੀ ਆਈ ਤੁਹਾਨੂੰ ਜਿਹੜਾ ਬੇਗਮ ਸਾਹਿਬ ਜਿਹੜੇ ਹੈਗੇ ਨਾ ਤੰਦੂਰ ਲਿੰਬ ਰਹੀ ਹੈ ਨਾਲੇ ਇਹਦੇ ਕੋਲ ਜਿਹੜਾ ਹੈਗਾ ਨਾ ਪੁੱਛਣੇ ਹਾਂ ਕਿਉਂਕਿ ਮੈਂ ਨਮਾਜ਼ ਪੜ੍ਹਨ ਚਲਾ ਗਿਆ ਕਿਉਂਕਿ ਮੈਂ ਇਹਦੇ ਲਈ ਕਿਹਾ ਸੀ ਇੱਕ ਦੋ ਜਿਹੜੇ ਤੰਦੂਰ ਹੈਗੇ ਨਾ ਲਿੰਬ ਲਾ ਅਤੇ ਇੱਧਰ ਨਹੀਂ ਕਿਉਂਕਿ ਖਤਰਾ ਸੀ ਅਤੇ ਤਾਂ ਕਰਕੇ ਜਿਹੜਾ ਨਾ ਬੇਗਮ ਸਾਹਿਬਾ ਇੰਜ ਨਹੀਂ ਕਰੀਂਦਾ ਕਿਉਂਕਿ ਜਿਹੜਾ ਨਾ ਮੈਂ ਰੋਕਿਆ ਕਿ ਇਧਰਲੇ ਤੰਦੂਰ ਹਾਲੇ ਤੱਕ ਜਿਹੜੇ ਹੈਗੇ ਨਾ ਆਪਾਂ ਨਹੀਂ ਲਿੰਬਣੇ ਸਾਫ਼ ਸਫਾਈ ਤਾਂ ਆਪਾਂ ਕਰ ਲਈ ਲੇਕਿਨ ਜਿਹੜਾ ਹੈਗਾ ਨਾ ਸੁਰਾਖ ਵਗੈਰਾ ਜਿਹੜਾ ਹੈਗਾ ਨਾ ਇਹਨਾਂ ਵੱਡਿਆਂ ਟੋਇਆਂ ਨੂੰ ਹੋਇਆ ਕਿਸੇ ਕਿਸਮ ਦੇ ਵੀ ਜਿਹੜਾ ਹੈਗਾ ਨਾ ਵੀ ਫਿਰ ਉਵੇਂ ਬੱਚਾ ਵਗੈਰਾ ਕਿਉਂਕਿ ਵੱਡਾ ਜਾਂ ਛੋਟਾ ਇੰਨਾ ਫਰਕ ਕੋਈ ਨਹੀਂ ਕਿਉਂਕਿ ਇਹ ਜਿਹੜੀ ਹੈ ਨਾ ਸੱਪਾਂ ਦੀ ਮਤਲਬ ਕਿ ਆਪੋ ਆਪਦੀ ਨਸਲਾਂ ਹੁੰਦੀਆਂ ਨੇ ਕਿ ਇਹ ਜਿਹੜਾ ਹੈਗਾ ਨਾ ਕਾਲਾ ਸੱਪ ਹੈਗਾ ਇਹਦਾ ਛੋਟੇ ਦਾ ਵੀ ਉਤਨਾ ਜ਼ਹਿਰ ਹੈਗਾ ਅਤੇ ਵੱਡੇ ਦਾ ਵੀ ਜਿਹੜਾ ਨਾ ਉਤਨਾ ਹੀ ਜ਼ਹਿਰ ਹੈਗਾ ਅਤੇ ਤਾਂ ਕਰਕੇ ਜਿਹੜਾ ਹੈਗਾ ਨਾ ਮੈਂ ਪਰੇਸ਼ਾਨ ਹੁੰਦਾ ਕਿ ਕੋਈ ਕਿਸੇ ਨਹੀਂ ਮਾਜ਼ਰਤ ਨਹੀਂ ਹੈ ਕੋਈ ਨੁਕਸਾਨ ਹੋਵੇਗਾ ਉਹਦਾ ਕੋਈ ਫਾਇਦਾ ਕੋਈ ਨਹੀਂ ਕਿਉਂਕਿ ਆਪਣੇ ਆਹ ਦੇ ਵੱਸ ਹੀ ਹੈ ਸਮਝ ਲਓ ਕਿ ਬਾਕੀ ਜੋ ਅੱਲਾ ਪਾਕ ਨੇ ਕਰਨੀ ਹੋਣੀ ਤਾਂ ਉਹੀ ਹੈ ਲੇਕਿਨ ਜਿਹੜਾ ਹੈਗਾ ਨਾ ਕੁਛ ਅਹਤਿਆਤ ਆਪਾਂ ਆਪ ਹੀ ਕਰ ਲਈ ਕਰੀਏ ਹਾਂ ਕਰਾਂਗੇ ਉਹ ਵੀ ਕੁਛ ਲੇਕਿਨ ਜਿਹੜੀ ਨਾ ਅਹਤਿਆਤ ਵੀ ਕਰੀਏ ਅਤੇ ਬਾਕੀ ਜਿਹੜਾ ਹੈਗਾ ਨਾ ਸਾਰੀ ਤੋਂ ਬਾਅਦ ਤਾਂ ਹਨੇਰਾ ਹੋ ਜਾਣਾ ਅਤੇ ਸਵੇਰੇ ਜਿਹੜਾ ਨਾ ਫਸਟ ਟਾਈਮ ਆਪਾਂ ਇਹਨਾਂ ਜਗ੍ਹਾ ਦੀ ਜਿਹੜੀ ਕਿ ਨਾ ਸਾਰੀ ਛਾਣਬੀਣ ਕਰਾਂਗੇ ਹਾਂ ਬਾਕੀ ਇੱਧਰਲੀ ਜਿਹੜੀ ਹੈਗੀ ਨਾ ਕੱਦ ਉਹਦਾ ਵੀ ਥੋੜ੍ਹਾ ਜਿਹਾ ਜਿਹੜਾ ਹੈਗਾ ਨਾ ਮਤਲਬ ਕਿ ਸਮਝ ਲਓ ਕਿ ਖਤਰੇ ਵਾਲੀ ਗੱਲ ਹੈ ਕਿਉਂਕਿ ਥੱਲੋਂ ਥੱਲੋਂ ਜਿਹੜੀ ਹੈ ਨਾ ਸਾਰੀ ਮਤਲਬ ਕਿ ਕਲਰ ਛੱਡ ਕੇ ਜਿਹੜੀ ਕਿ ਨੁਕੂ ਕੱਦ ਡਿੱਗਣ ਦਾ ਖਤਰਾ ਕੋਈ ਥੱਲੋਂ ਸਾਰੀ ਮਿੱਟੀ ਜਿਹੜੀ ਕਿਸੇ ਸਮਝ ਲਓ ਕਿ ਰੇਤਾ ਬਣ ਗਈ ਤੁਹਾਨੂੰ ਜਿਹੜੀ ਕਿ ਮੈਂ ਖਾ ਦਿੰਦਾ ਕਿਉਂਕਿ ਥੱਲੇ ਜਿਹੜਾ ਅਗਰ ਅਸੀਂ ਐਰਾ ਮੈਂ ਕੋਈ ਨਹੀਂ ਕੱਢਿਆ ਸੀ ਕਿਉਂਕਿ ਇੰਨੀ ਗੁੰਜਾਇਸ਼ ਜਿਹੜੀ ਹੈਗੀ ਸੀ ਨਾ ਕੋਈ ਨਹੀਂ ਸੀ ਹਜ਼ਾਰ ਰੇਟ ਲਈ ਸੀ ਮਸਾਂ ਜਿਹੜੀ ਉਹ ਵੀ ਇੱਕ ਕਿੱਟ ਦੀ ਜਿਹੜੀ ਹੈਗੀ ਸੀ ਨਾ ਕੱਦ ਸਾਰੀ ਸੀ ਡੱਬਾ ਲੇਟ ਦੀ ਨਹੀਂ ਸੀ ਅਤੇ ਥੱਲੋਂ ਜਿਹੜਾ ਹੈਗਾ ਨਾ ਮਤਲਬ ਕਿ ਕੱਦ ਜਿਹੜੀ ਕਿ ਚੰਗੀ ਬਾਰਿਸ਼ ਆ ਜਾਵੇ ਤਾਂ ਡਿੱਗਣ ਦਾ ਜਿਹੜਾ ਹੈਗਾ ਨਾ ਖਤਰਾ ਹੈਗਾ ਇਹ ਵੀ ਪਰੇਸ਼ਾਨੀ ਕਿਉਂਕਿ ਬਿਲਕੁਲ ਜਿਹੜੀ ਕਿ ਨਾ ਥੱਲੋਂ ਮਤਲਬ ਕਿ ਰੇਤਾ ਬਣੀ ਪਈ ਮਿੱਟੀ ਅਤੇ ਇੱਧਰੋਂ ਜਿਹੜੀ ਹੈਗੀ ਨਾ ਮਤਲਬ ਕਿ ਕੁਛ ਚਾਪੜੀਆਂ ਬਣ ਕੇ ਜਿਹੜੀ ਕਿ ਨਾ ਥੱਲੇ ਡਿੱਗ ਵੀ ਰਹੀ ਹੈ ਤਾਂ ਕਰਕੇ ਜਿਹੜਾ ਹੈਗਾ ਨਾ ਖਤਰਾ ਹੈਗਾ ਬਾਕੀ ਸਾਰੀ ਬਿਲਕੁਲ ਹੀ ਨਾ ਰੇਤ ਵਾਂਗ ਹੋਈ ਪਈ ਵੀ ਕਿਸੇ ਟਾਈਮ ਹੀ ਜਿਹੜੀ ਕਿ ਨਾ ਇਹ ਡਿੱਗ ਪੈ ਸਕਦੀ ਬਿਲਕੁਲ ਹੀ ਖਾਜੀ ਪਈ ਥੱਲੋਂ ਕਿਉਂਕਿ ਇਹ ਕਾਫੀ ਸਾਰੇ ਜਿਹੜੇ ਸੀ ਨਾ ਸੈਟਕਾਂ ਵਗੈਰਾ ਜਿਹੜੀਆਂ ਜਿਹੜੀਆਂ ਅੱਲਾ ਪਾਕ ਕਰਮ ਕਰੇਗਾ ਅੱਲਾ ਪਾਕ ਗੁੰਜਾਇਸ਼ ਦੇਵੇਗਾ ਇਨਸ਼ਾਅੱਲਾ ਜਿਹੜੇ ਕਹੀ ਸਾਰੀ ਜਿਹੜੀ ਜਗ੍ਹਾ ਸੈੱਟ ਕਰਨ ਵਾਲੀ ਕਿਉਂਕਿ ਕਮਰੇ ਜਿਹੜੇ ਹੈਗੇ ਨਾ ਉਹਨਾਂ ਦੇ ਹਾਲਾਤ ਕੋਈ ਨਹੀਂ ਕਿਉਂਕਿ ਉੱਤੋਂ ਤਾਂ ਜਿਹੜੇ ਹੈਗੇ ਨਾ ਉਹ ਪਲਸਤਰ ਹੋਏ ਉਹਨੂੰ ਲੇਕਿਨ ਵਿੱਚੋਂ ਜਿਹੜੇ ਹੈਗੇ ਨਾ ਗਾਰੇ ਨਾਲ ਉਸਰੇ ਹੋਏ ਹੈਗੇ ਉੱਤੋਂ ਹੀ ਜਿਹੜਾ ਹੈਗਾ ਨਾ ਪਲਸਤਰ ਤਾਂ ਕਰਕੇ ਜਿਹੜੇ ਹੈਗੇ ਨਾ ਤਰੇੜਾਂ ਵਗੈਰਾ ਜਿਹੜੀ ਤੁਸੀਂ ਬਲਾਕਾਂ ਪਹਿਲਾਂ ਜੀ ਵੇਖੀ ਹੋਣੀ ਤਾਂ ਕਰਕੇ ਜਿਹੜੇ ਅੰਦਰੋਂ ਬਾਹਰੋਂ ਜਿਹੜੇ ਹੈਗੇ ਨਾ ਕੜਕੇ ਜਿਹੇ ਖੁੱਲਤੇ ਨੇ ਅਤੇ ਇਹਦਾ ਵੀ ਜਿਹੜਾ ਹੈਗਾ ਨਾ ਕਰਨ ਵਾਲਾ ਹਾਲੇ ਤੱਕ ਬਾਅਦ ਦਾ ਜਿਹੜਾ ਹੈਗਾ ਨਾ ਦਰਵਾਜ਼ਾ ਲਵਾਉਣ ਵਾਲਾ ਅਤੇ ਨਲਕਾ ਜਿਹੜਾ ਹੈਗਾ ਨਾ ਉਹ ਵੀ ਸਹੀ ਕਰਾਉਣ ਵਾਲਾ ਅਤੇ ਇਨਸ਼ਾਅੱਲਾ ਜਿਹੜਾ ਹੈਗਾ ਨਾ ਕਿਉਂਕਿ ਬੇਗਮ ਸਾਹਿਬ ਮੈਨੂੰ ਕਹਿ ਰਹੀ ਸੀ ਕਿ ਆਪਾਂ ਜਿਹੜੇ ਨੇ ਸਾਰੇ ਕੰਮ ਕਰਾਈਏ ਮੈਂ ਕਿਹਾ ਜਿਹੜੇ ਹੈਗੇ ਨਾ ਪੈਸੇ ਜਿਹੜੇ ਹੈਗੇ ਨਾ ਵਾਹਵਾ ਸਾਰੇ ਇਹਨਾਂ ਦੇ ਕੰਮਾਂ 'ਤੇ ਲੱਗ ਜਾਣੇ ਅਤੇ ਇਨਸ਼ਾਅੱਲਾ ਜਿਹੜਾ ਹੈਗਾ ਨਾ ਫਸਲ ਕੁੰਝ ਕੇ ਕਿਉਂਕਿ ਫਸਲ ਕੁਛ ਇਕੱਠਾ ਕਰਾਂਗੇ ਕੁਝ ਜਿਹੜਾ ਹੈਗਾ ਨਾ ਹੋਰ ਮਿਹਨਤ ਮਜ਼ਦੂਰੀ ਕਰਾਂਗੇ ਹੈਗਾ ਚੁੱਲ੍ਹੇ ਬਣਾਵਾਂਗੇ ਅਤੇ ਪੈਸੇ ਜਿਹੜੇ ਹੈਗੇ ਨਾ ਇਕੱਠੇ ਕਰਕੇ ਮੈਂ ਕਿਹਾ ਵੀ ਮਹੀਨਾ ਦੋ ਜਿਹੜੀ ਕਿ ਨਾ ਵੇਟ ਕਰ ਲੈਂਦੇ ਹਾਂ ਉਹ ਚੰਗਾ ਗੱਲ ਹੈ ਕਿਉਂਕਿ ਕੰਮ ਜਿਹੜਾ ਹੈਗਾ ਨਾ ਛੇੜ ਲਈਏ ਅਤੇ ਫਿਰ ਜਿਹੜੇ ਹੈਗੇ ਨਾ ਪੈਸੇ ਨਾ ਆਉਣ ਤਾਂ ਫਿਰ ਜਿਹੜੇ ਹੈਗਾ ਨਾ ਪ੍ਰੋਬਲਮ ਬਣ ਜਾਂਦੀ ਅਤੇ ਇਨਸ਼ਾਅੱਲਾ ਜਿਹੜੇ ਹੈਗੇ ਨਾ ਇਕੱਠੇ ਪੈਸੇ ਕਰਕੇ ਇੱਕ ਵਾਰੀ ਜਿਹੜੇ ਹੈਗਾ ਨਾ ਸਾਰਾ ਕੰਮ ਕਰਾਵਾਂਗੇ ਅਤੇ ਤੰਦੂਰਾਂ ਦਾ ਕੰਮ ਜਿਹੜਾ ਹੈਗਾ ਸੀ ਨਾ ਮੈਂ ਖਤਮ ਕਰਨਾ ਤਕਰੀਬਨ ਤਿੰਨਾਂ ਚੌਂਦਿਆਂ 'ਚ ਇੱਕ ਜਿਹੜਾ ਪੂਰ ਹੋਰ ਹੋਏ ਨਾ ਮਤਲਬ ਕਿ ਆਹ ਜਿਹੜੀ ਮੁੰਝ ਜਿਹੜੀ ਬਣਾਈ ਸੀ ਥੋੜ੍ਹੀ ਜਿਹੀ ਮੁੰਝ ਪਈ 8-7 ਤੰਦੂਰੀਆਂ ਦੀ ਇਹੀ ਤੰਦੂਰੀਆਂ ਬਣਾਉਣੀਆਂ ਨੇ ਖਤਮ ਕਰ ਰਹੇ ਕਿਉਂਕਿ ਤੰਦੂਰੀਆਂ ਜਿਹੜੀਆਂ ਹੈਗੀ ਨਾ ਹੁਣ ਸੇਲ ਨਹੀਂ ਆਉਂਦੀਆਂ ਕਿਉਂਕਿ ਜਿਹੜਾ ਨਾ ਸੀਜ਼ਨ ਖਤਮ ਹੋ ਗਿਆ ਬਾਕੀ ਅਗਲਾ ਹੀ ਗੰਦਮ ਵਗੈਰਾ ਜਿਹੜੀਆਂ ਨੇ ਇਕੱਠੀ ਕਰਨੇ ਆ ਬਾਕੀ ਇਹ ਮਿੱਟੀ ਜਿਹੜੀ ਵਧੀ ਹੈ
काफ़ी सारे जड़े है ना चूल्हे वगैरह जड़े ने वो बिकते हैं, मतलब कि 200 का, 250 का, 150 का, मतलब कि छोटा व्डा चूल्हा, व्डा चूल्हा जो 250 का, उस तो छोटा 200 का, उस तो छोटा 150 का, तो वो चूल्हे जड़े है ना बना के चला के अंगीठियाँ बनावेंगे, मतलब कि अग सेकन वास्ते लोग जो लैके जाते हैं, दुध कड़ने जड़े है ना वो बनावेंगे, सारी चीज़ा जीडिया बनावेंगे इन शाला जो है रोज़गार अल्लाह पाक जो है तोरी जाएगा। तो इन शाला अल्लाह सोने याद करके जो है ना हूँ आ तंदूरियाँ जीडिया ना बहर दोनों हैं, तो बल्कि मैं सोच रहा भी सारी तो बाद ही शायद जो है ना दो लवेंगे, तो बाकी जो है ना एक दो काम और करने वो करके फिर जो है ना तो मुलाकात होंगी। ओके पानी जो है ना घर का खत्म होया फिर चलने चल के जो है ना मस्जिद जो है ना पानी का कैन जो है ना वो भरा के जो है लै आने, तो बाकी बच्चे इधर खेल रहे निजा फातमा जी आ खेल रही, तो नुमान जो है ना इधर खेल रहा, नुमान काकी के कोल बहुत, मैं जो है ना पानी का जो है ना कैन भरी लेव ठीक है ना, पानी पीने खत्म होया पे मोटरसाइकिल जो है ना वो तो पहले भी इतने खड़ा से कैन जो ना चक लिया, तो हूँ जो ना चलने सारे पहले चल के जो है ना माशाल्लाह पानी जो है ना भरा के आने जिससे माशाल्लाह पिंड जो है ना पहुँच गया। मैं दिल करता है जो है ना तुम पिंड में रोज गाथा करा क्योंकि 10-12 दिन हो गए पिंड फोन दिखाया तो भाई हम अली घर को जो है गुजर रहे अगे जो है ना मसीह को पहुँच के फिर तुम घर पा देते जी। तो माशाल्लाह पानी का कैन जो है ना भर लिया तो घर पहुँच के जी कि गलबात फिर होंगी हाँ जी, तो घर जो है मैं पानी लैके पहुँचा तो हूँ जो है ना अफतारी के जो बिकम सब करने के कुछ इंतजाम करो क्योंकि पानी वगैरह जो है मैं आप बना लवाना रोटी टुकर जो है बना लेंगे। बाकी एक गल और तुम फिर जो है मैं पक्खा दिखाना से क्योंकि जोड़ा क्या नवा तो फिर नहीं लवीजा जो है ना अबूरा लिख पिया पुराना पक्खा चलता वही जो है इधर छत वाला पक्खा जो है मैं लवा लिया तुम दिखा देना क्योंकि एक तो लाइट कोई नहीं कमरे से है ही अंधेरा क्योंकि यह जोड़ा है ना चलता ही इधर बुरा पिया हवा तो जी है इन्हें समझ लो गर्म ही दिता क्योंकि छोटा पक्का हैगा स्पीड ज़्यादा आँगी हवा जी इन्हें घट आँगी तो मैं चलो जो गुजारे मुताबिक अल तक जो है ना यही ला लें फिर जो है ना महीने डेढ़ तक पक्का इतने नवा लिया के ला लवेंगे। बाकी हूँ जोड़ा क्या माशाल्लाह अफतारी का टाइम जो है होया पुता तो विलाग जो है मैं इतने खत्म कर रहा बाकी दुआ करो कला पाक जो है ना हर एक दी परेशानियां दुख तकलीफा जीडिया ने माँ रमजान के सदके जो है ना दूर फरमाए तो क्योंकि जोड़ा है ना टेंशन जी ना मैं तो जी समझ लो काफ़ी सारी कला पाक जन करम करेगा क्योंकि इंशाल्लाह क्योंकि हाले तक जो है ना परेशानी फिर जी ना फैमिली वास्ते आँदी है कि फैमिली वास्ते मैं आ करना क्योंकि कमरे जोड़े ने मेरे पाने वाले पे ने कद जी वो भी पाने वाली पई बाकी जोड़ा है ना होर भी काम जोड़े है ना काफ़ी सारे मैंने करा है तो लेकिन इंशाल्लाह जोड़ा है ना अल्लाह पाक करम करेगा तो अल्लाह के हुक्म जोड़े ने इंशाल्लाह एक ना एक दिन जोड़े है ना अल्लाह पाक कामयाबी देगा कामरानी ता फरमावेगा तो इंशाल्लाह जोड़ा है ना जितने कि जोड़े सपने ख्वाब जोड़े ने इंशाल्लाह जोड़े ना अल्लाह चाहेगा तो पूरे हो जाएंगे तो इंशाल्लाह जोड़े ना मिलने किसी नेक्स्ट अच्छे तो अच्छे ब्लॉग में फिलहाल इतना अपने प्यारे भाई इजाजत दीजिए इजाजत अल्लाह हाफिज़।